ਚੜ੍ਹਦੀ ਕਲਾ ਟਾਈਮ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਸੁਖਿੰਦਰ ਸਿੰਘ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ। ਤਿੰਨ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਤਨ ਵਾਪਸ ਪਰਤ ਰਹੇ ਨੇ। ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਵਿੱਚ ਆਯੋਜਿਤ 6ਵੀਂ ਏਸ਼ੀਆ ਅਗਵਾਈ ਦੇ ਵਿੱਚ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕਿ ਜੇ ਏਸ਼ੀਆ ਨੂੰ ਇੱਕ ਬਣ ਕੇ ਉਭਰਨਾ ਹੈ ਤਾਂ ਉਸਨੂੰ ਆਪਣੇ ਆਪ ਨੂੰ ਖੇਤਰੀ ਧੜੇ ਦੇ ਰੂਪ ਵਿੱਚ ਨਹੀਂ ਸੋਚਣਾ ਚਾਹੀਦਾ। ਵਿਰੋਧਤਾ ਦੇ ਕਾਰਨ ਏਸ਼ੀਆ ਮਹਾਂਦੀਪ ਦੇ ਪਛੜਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਏਸ਼ੀਆਈ ਦੇਸ਼ਾਂ ਤੋਂ ਆਪਣੀ ਸਾਂਝੀ ਵਿਰਾਸਤ ਦੇ ਨੌਜਵਾਨ ਊਰਜਾ ਦਾ ਇਸਤੇਮਾਲ ਕਰਨ, ਇੱਕ ਸਾਂਝੇ ਉਦੇਸ਼ ਨੂੰ ਹਾਸਲ ਕਰਨ ਦੇ ਲਈ ਕਿਹਾ। ਮੋਦੀ ਨੇ ਕਿਹਾ ਕਿ ਇਕਜੁੱਟ ਏਸ਼ੀਆ ਵਿਸ਼ਵ ਨੂੰ ਆਕਾਰ ਦੇਵੇਗਾ। ਯਾਤਰਾ ਦੇ ਅਖੀਰਲੇ ਦਿਨ ਪ੍ਰਧਾਨ ਮੰਤਰੀ ਸਿਓਲ ਦੇ ਸੀਈਓ ਫਾਰਮ ਪਹੁੰਚੇ ਅਤੇ ਕੋਰੀਆਈ ਕੰਪਨੀਆਂ ਦੇ ਸੀਈਓ ਦੇ ਨਾਲ ਵੀ ਮੁਲਾਕਾਤ ਕੀਤੀ। The world speaks in one voice that India is the new bright spot of hope for our region and the world. The progress of one-sixth of humanity will also be an opportunity for the world. It will also give India the capacity to do more for our world. Above all, India's progress will be an ASEAN success story, and it will be help make our Asian dream a bigger reality. ਤੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਯਾਤਰਾ ਵਿੱਚ ਕਈ ਯਾਦਗਾਰੀ ਪਲ ਵੀ ਸ਼ਾਮਲ ਰਹੇ, ਜਿਨ੍ਹਾਂ ਦੇ ਵਿੱਚ ਸ਼ੰਘਾਈ ਦਾ ਪੜਾਅ ਕਾਫੀ ਅਹਿਮ ਸੀ। ਸ਼ੰਘਾਈ ਦੇ ਵਿੱਚ 19ਵੀਂ ਸਦੀ ਅਤੇ 20ਵੀਂ ਸਦੀ ਦੇ ਦੌਰਾਨ ਸ਼ੁਰੂ ਦੇ ਵਿੱਚ ਪੁਰਾਣੇ ਸਿੱਖਾਂ ਦੀ ਵੱਡੀ ਗਿਣਤੀ ਵਸਦੀ ਸੀ। ਪੁਰਾਣੇ ਚੀਨ ਦੀ ਗੱਲ ਕਰਦਿਆਂ ਲੇਖਕ ਮੀਨਾ ਵੈਥਿਆਮ ਨੇ ਆਪਣੇ ਬਲੌਗ ਸਿੱਖਸ ਇਨ ਚਾਈਨਾ ਤੇ ਲਿਖਿਆ ਕਿ ਸਿੱਖ ਸ਼ੰਘਾਈ ਦਾ ਅਹਿਮ ਹਿੱਸਾ ਸਨ। ਸਿੱਖਾਂ ਨੇ ਆਪਣੀ ਬਹਾਦਰੀ ਤੇ ਲਾਲ ਰੰਗ ਵਾਲੀਆਂ ਪੱਗਾਂ ਨਾਲ ਸ਼ੰਘਾਈ ਖਿੱਤੇ ਨੂੰ ਵੱਖਰੀ ਰੰਗਤ ਦਿੱਤੀ। ਦਰਅਸਲ ਚੀਨ ਦੇ ਕਮਿਊਨਿਸਟੀ ਹੱਥ ਸੱਤਾ ਆਉਣ ਤੋਂ ਪਹਿਲਾਂ ਬ੍ਰਿਟਿਸ਼ ਰਾਜ ਵੱਲੋਂ ਸਿੱਖਾਂ ਨੂੰ ਸ਼ੰਘਾਈ ਮਿਊਂਸੀਪਲ ਪੁਲਿਸ ਵਿੱਚ ਭਰਤੀ ਕੀਤਾ ਗਿਆ ਸੀ। ਅੱਜ ਵੀ ਸਿੱਖਾਂ ਦੀ ਲਾਲ ਦਸਤਾਰ ਵਾਲਾ ਇੱਕ ਬੁੱਤ ਸ਼ੰਘਾਈ ਦੇ ਮਿਊਂਸੀਪਲ ਇਤਿਹਾਸਕ ਮਿਊਜ਼ੀਅਮ ਦੇ ਵਿੱਚ ਸਿੱਖਾਂ ਦੀ ਬਹਾਦਰੀ ਦੀ ਗਵਾਹੀ ਦਿੰਦਾ। ਸੋ ਇਸ ਤਰ੍ਹਾਂ ਮੋਦੀ ਦੀ ਚੀਨ ਯਾਤਰਾ, ਸ਼ੰਘਾਈ ਦੇ ਦੌਰੇ ਤੇ ਸਿੱਖਾਂ ਦੀ ਬਹਾਦਰੀ ਦੇ ਕਾਰਨਾਮਿਆਂ ਨੂੰ ਇੱਕ ਵਾਰ ਮੁੜ ਤੋਂ ਉਜਾਗਰ ਕਰ ਗਈ ਹੈ। ਤੇ ਰੁਖ ਕਰ ਲੈਂਦੇ ਅਗਲੀ ਖਬਰ ਦੇ ਵੱਲ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਾਲੀ ਦਸਤਖਤ ਕਰਕੇ ਮੁਲਾਜ਼ਮਾਂ ਦੀ ਭਰਤੀ ਅਤੇ ਬਦਲੀ ਕਰਨ ਵਾਲਾ ਸ਼ਾਤਰ ਸ਼ਖਸ ਪੁਲਿਸ ਦੇ ਅੜਿੱਕੇ ਚੜ ਗਿਆ। ਪਠਾਨਕੋਟ ਦੀ ਸ਼ਾਹਪੁਰ ਕੰਡੀ ਪੁਲਿਸ ਨੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗੁਰਦਿਆਲ ਸਿੰਘ ਅਤੇ ਉਸਦੇ ਜਵਾਈ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅਧਿਕਾਰੀਆਂ ਦੱਸਿਆ ਕਿ ਦੋਸ਼ੀ ਗੁਰਦਿਆਲ ਸਿੰਘ ਰਣਜੀਤ ਸਾਗਰ ਡੈਮ ਤੇ ਜੂਨੀਅਰ ਸਹਾਇਕ ਦੇ ਤੌਰ ਤੇ ਕੰਮ ਕਰਦਾ ਸੀ, ਜਿਸ ਦੇ ਦੌਰਾਨ ਇਸ ਤੇ ਮੁੱਖ ਮੰਤਰੀ ਪੰਜਾਬ ਦੇ ਜਾਲੀ ਦਸਤਖਤ ਕਰਕੇ ਬਦਲੀ ਅਤੇ ਭਰਤੀ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਧੋਖਾਧੜੀ ਵਿੱਚ ਦੋਸ਼ੀ ਦਾ ਜਵਾਈ ਦੀਪਕ ਕੁਮਾਰ ਵੀ ਸ਼ਾਮਲ ਸੀ। ਲਿਹਾਜ਼ਾ ਦੋਹਾਂ ਨੂੰ ਕਾਬੂ ਕਰਦਿਆਂ ਡੁਗਾਈ ਦੇ ਨਾਲ ਪੜਤਾਲ ਜਾਰੀ ਹੈ। ਆਰਐਸ ਡੈਮ ਦੇ ਵਿੱਚ ਖਰਚ ਕਰਦਾ ਸੀ। ਇਹਦੀਆਂ ਕਾਫੀ ਸਾਨੂੰ ਪਹਿਲਾਂ ਵੀ ਕੰਪਲੇਂਟਾਂ ਆਈਆਂ ਕਿ ਇਹ ਜਿਹੜਾ ਵਾ ਇੱਥੋਂ ਲੋਕਾਂ ਦੀ ਬਿਨਾਂ ਪੁੱਛਣ ਤੋਂ ਬਗੈਰ ਟ੍ਰਾਂਸਫਰ ਕਰ ਜਾਂਦਾ ਵਾ। ਉਹ ਸਾਰੀ ਅਸੀਂ ਵੈਰੀਫਾਈ ਕੀਤੀ। ਵੈਰੀਫਾਈ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਲੈਟਰ ਪੈਡ ਮੁੱਖ ਮੰਤਰੀ ਪੰਜਾਬ ਦੇ ਜਾਲੀ ਦਸਤਖਤ ਕਰਕੇ ਇੱਥੋਂ 6 ਜਣੇ ਨੇ ਜਿਹੜੇ ਟ੍ਰਾਂਸਫਰ ਅਲੱਗ ਅਲੱਗ ਜਗ੍ਹਾ ਦੇ ਕਰਤੇ। ਜਦੋਂ ਅਸੀਂ ਸਾਰੀ ਉਹਦੀ ਇਨਕੁਆਇਰੀ ਕੀਤੀ ਗਈ ਤਾਂ ਉਹ ਵਾਕਈ ਸਹੀ ਪਾਇਆ ਗਿਆ ਵੀ ਇਹਨੇ ਜਾਲੀ ਦਸਤਖਤ ਕਰਕੇ ਇੱਥੋਂ ਟ੍ਰਾਂਸਫਰਾਂ ਕੀਤੀਆਂ। ਇਹ ਜਿਹੜੇ ਟ੍ਰਾਂਸਫਰਾਂ ਕਰਨ ਵਾਲੇ ਸੀ ਉਦੋਂ 6 ਜਣੇ ਸੀ ਅਤੇ ਜਿਹੜੇ ਭਰਤੀ ਜਾਲੀ ਕੀਤੀ ਉਹਦੇ ਵਿੱਚ 5 ਜਣੇ ਸੀ, ਜਿਹਦੇ ਵਿੱਚ ਕਿ ਇਹਦਾ ਇੱਕ ਜਵਾਈ ਦੀਪਕ ਵੀ ਸੀ, ਉਹਨੂੰ ਵੀ ਅਸੀਂ ਗ੍ਰਿਫ਼ਤਾਰ ਕਰ। ਤੇ ਉਦੋਂ ਬਠਿੰਡਾ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦਿਆਂ 2 ਸਰਕਾਰੀ ਕਰਮਚਾਰੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਦੀ ਜੈਤੋ ਪੁਲਿਸ ਚੌਂਕੀ ਵਿੱਚ ASI ਅੰਗਰੇਜ਼ ਸਿੰਘ ਨੇ ਮਮਤਾ ਰਾਣੀ ਨਾਂ ਦੀ ਮਹਿਲਾ ਤੋਂ ਆਪਸੀ ਝਗੜੇ ਵਿੱਚ ਹੋਏ ਰਾਜ਼ੀਨਾਮੇ ਦੀ ਨਕਲ ਦੇਣ ਦੇ ਬਦਲੇ 30,000 ਰੁਪਏ ਦੀ ਰਿਸ਼ਵਤ ਲਈ ਸੀ। ਦੂਜੇ ਮਾਮਲੇ ਵਿੱਚ ਬਠਿੰਡਾ ਨਗਰ ਨਿਗਮ ਦੇ ਕਲਰਕ ਵਿਨੈਪਾਲ ਨੂੰ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਬਦਲੇ 10,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਦੋਵਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਾਡੇ ਕੋਲ ਆ ਗਿਆ ਸ਼ਿਕਾਇਤ ਲੈ ਕੇ, ਅਸੀਂ ਪਰਚਾ ਦਰਜ ਕਰਕੇ 8 ਨੰਬਰ FIR ਲਾ ਕੇ ਦਿੱਤੀ। ਫਾਇਦੇ ਤੋਂ ਸ਼ਿਕਾਇਤ ਕੀਤਾ ਤਾਂ ਉਹਦੀ ਜੇਬ 'ਚੋਂ, ਪੈਂਟ ਦੀ ਜੇਬ 'ਚੋਂ 30,000 ਰੁਪਏ ਰਿਕਵਰ ਕੀਤਾ, ਰੰਗੇ ਹੱਥੀ ਬੜਿਆ ਗਿਆ। ਇਹਨਾਂ ਅਫਸਰਾਂ ਦੇ ਨਾਲ ਹੀ ਅਸੀਂ ਉਹਨੂੰ ਗੱਲ ਕੀਤਾ। ਇਹ ਦੋਨੋਂ ਖੇਤੀਬਾੜੀ ਵਿਭਾਗ ਦੇ ਅਫਸਰ ਸੀਗੇ ਹਾਜ਼ਰ, ਉਹ ਸਾਹਮਣੇ ਉਸ ਬੰਦੇ ਨੇ
पैसे लैके अपने फाइल च रख ले 10,000 रुपया टैक्स उन्होंने कहना बाकी 40,000 रुपया नकद लिया फिर तुम सर्टिफिकेट तो सामने एक टी स्टॉल है उसे पैसे मैं लेने मैं तो जब उसे टैप किया 10,000 रुपया मैं उन्हें फाइल च मिल गया बस जिन खिलाफ केस रजिस्टर हो गए तो मैं दोनों से कोर्ट पेश करेंगे। जी अगली खबर कादियां तो है जिथे एक कलयुगी प्यो ने अपनी 6 महीनों की बच्ची नू मार के नहर विच सुट दिता है। दरअसल दोषी धर्मिंदर सिंह पिंड दुनिया संधु दे व्याह नू करीब 4 साल हो चुके ने। इस दे दो बेटियां ने एक वड्डी बेटी अते दूजी 6 महीनों दी सी। बीते दिनी पत्नी नाल झगड़े दे चलदिआं उस नू पेके छड्डन तों बाद धर्मिंदर ने अपनी 6 महीनों की बेटी नू नहर विच सुट दिता सी। फिलहाल पुलिस ने दोषी नू काबू करदिआं मामला दर्ज करके अगे दी कारवाई शुरू कर दित्ती है। जबकि खबर लिखे जाने तक बच्ची की लाश की भाल जारी सी। ਮੈਨੂੰ ਪਤਾ ਲੱਗਾ ਮੇਰੀ ਗੁੱਡੀ ਰੋਂਦੀ ਸੀ ਮੈਨੂੰ ਕਹਿੰਦੀ ਮੰਮੀ ਮੈਨੂੰ ਕੁੜੀ ਲਿਆ ਕੇ ਦੇ ਮੈਂ ਇਹਨੂੰ ਰਾਤ ਸਾਮੀ ਪਈ ਰੋਵੇ ਮੈਂ ਮੈਂ ਪੁੱਤ ਦਿਨੇ ਤੈਨੂੰ ਕੁੜੀ ਲਿਆ ਦੇਣੀ ਮੈਂ ਕੁੜੀ ਲੈਣ ਗਈ ਅੱਗਾ ਮੁੜ ਕੇ ਇੱਦਾਂ ਪਤਾ ਲੱਗਦਾ ਜਦੋਂ ਅਸੀਂ ਨਵੇਂ ਧਮਕੀ ਦਿੱਤੀ ਆ ਵੀ ਤੁਹਾਨੂੰ ਨਹੀਂ ਕੁੜੀ ਦੱਸਣੀ ਸਾਨੂੰ ਤੇ ਅਸੀਂ ਥਾਣੇ ਪਰਚਾ ਦੇਤਾ ਵਾ ਤੇ ਆਪੇ ਤੁਹਾਨੂੰ ਬਕਾ ਲੈਣਗੇ ਇਹ ਮੇਰਾ ਵੱਡਾ ਜਵਾਈ ਤੇ ਮੈਂ ਅਸੀਂ ਦੋਵੇਂ ਗਏ ਹਾਂ ਸਾਨੂੰ ਫਿਰ ਮੈਨੂੰ ਨੀ ਦੱਸਿਆ ਮੇਰੇ ਵੱਡੇ ਜਵਾਈ ਨੂੰ ਦੱਸਿਆ ਵਾ ਵੀ ਭਾਜੀ ਮੈਂ ਕੁੜੀ ਨਹਿਰ ਤੇ ਸੁੱਟ ਆਇਆ ਵਾ ਮੁੜ ਕੇ ਮੈਂ ਪੁੱਛਿਆ ਤੇ ਮੈਨੂੰ ਕਹਿੰਦਾ ਮੈਂ ਤੇ ਬੀਤੇ ਨੇ ਕੁੜੀ ਨਹਿਰ ਤੇ ਸੁੱਟੀ ਹੈ ਤਾਂ ਇਹਨਾਂ ਦਾ ਕੋਈ ਆਪਸ ਝਗੜਾ ਝੁਗੜਾ ਹੋਇਆ ਸੀਗਾ 14 ਤਰੀਕ ਨੂੰ ਇਹ ਆਪਣੀ ਘਰਵਾਲੀ ਨੂੰ ਉੱਥੇ ਛੱਡ ਕੇ ਆਣ ਕੇ ਅਤੇ ਛੋਟੀ ਬੱਚੀ ਇਹਨੇ ਚੱਕ ਕੇ ਨਹਿਰ ਦੇ ਵਿੱਚ ਕਹਿੰਦੇ ਸੁੱਟ ਦਿੱਤੀ ਜਿਹਦੇ ਲਈ FIR ਨੰਬਰ 33 ਅੰਡਰ ਸੈਕਸ਼ਨ 302 ਦਰਜ ਕਰ ਲਈ ਆ ਦੋਸ਼ੀ ਨੂੰ ਅਰੈਸਟ ਕਰ ਲਿਆ। ਤੇ ਪੰਜਾਬ ਪਾਵਰਕੌਮ ਦੀਆਂ ਅਣਗਹਿਲੀਆਂ ਕਿਸੇ ਤੋਂ ਛੁਪੀਆਂ ਨੇ। ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਹੈ ਜਿੱਥੇ 15 ਯੂਨਿਟ ਦੇ ਬਦਲੇ ਬਿਜਲੀ ਮਹਿਕਮੇ ਨੇ ਭੇਜਿਆ 75,62,325 ਰੁਪਏ ਦਾ ਬਿੱਲ। ਇੰਨਾ ਹੀ ਨਹੀਂ ਇੱਕ ਹੋਰ ਖਪਤਕਾਰ ਨੂੰ 234 ਯੂਨਿਟ ਦੇ ਬਦਲੇ 83,000 ਤੋਂ ਵੱਧ ਦਾ ਬਿੱਲ ਭੇਜ ਕੇ ਤਗੜਾ ਝਟਕਾ ਦਿੱਤਾ। ਸ਼ਹਿਰ ਦੀ ਗੋਬਰ ਮੰਡੀ ਵਿੱਚ ਕੱਪੜੇ ਦੀ ਦੁਕਾਨ ਕਰਦੇ ਦੋਹਾਂ ਖਪਤਕਾਰਾਂ ਦੇ ਬਿੱਲ ਵੇਖ ਕੇ ਹੋਸ਼ ਉੱਡੇ ਹੋਏ ਨੇ। ਜਦਕਿ ਵਿਭਾਗ ਦੇ SDO ਨੇ ਸਾਫਟਵੇਅਰ ਨਵਾਂ ਹੋਣ ਦੀ ਗੱਲ ਕਰਕੇ ਆਪਣਾ ਪੱਲਾ ਝਾੜ ਲਿਆ। 75,62,325 ਮੇਰਾ ਬਿੱਲ ਆਇਆ ਜੀ 83,820 ਰੁਪਏ। ਤੇ ਕਿੰਨੇ ਯੂਨਿਟ ਬਚੇ ਜੀ? 234 ਯੂਨਿਟ ਬਚੇ ਜੀ। ਨਹੀਂ ਜੀ ਅਸੀਂ ਇੰਨੀ ਵਰਤ ਹੀ ਨਹੀਂ ਸਕਦੇ, ਅੱਜ ਤੱਕ ਨਹੀਂ ਇੰਨਾ ਬਿੱਲ ਆਇਆ। 75,62,320 ਰੁਪਏ ਪਹਿਲੇ ਤਾਂ ਚੁਬਾਰਾ ਖੜਾ ਆਇਆ, ਕਹਿ ਦਿੱਤਾ ਪਰ ਖਾਲੀ ਪਿਆ। 17 ਯੂਨਿਟ ਬਲੇ ਨੇ ਅਤੇ ਬਿੱਲ ਦੇਖ ਲਓ ਕਿੰਨਾ ਆਇਆ ਤੁਹਾਡੇ ਸਾਹਮਣੇ। 10 ਪਰ ਜਾਂਦੀ 9 ਤਾਂ ਕੀ ਸੀ, ਬਿੱਲ ਵੇਚਦੇ ਹੀ ਹਸਪਤਾਲ ਜਾਣਾ ਪੈ। ਐਕਚੁਲੀ ਜਿਹੜੇ ਬਿੱਲ ਹੈ ਨਾ ਉਹ ਗਲਤ ਬਣ ਰਹੇ ਆ ਕੋਡਾਂ ਦੇ ਵਿੱਚ। ਐਕਚੁਲੀ ਸਾਡੇ ਨਾ ਸੋਫਟਵੇਅਰ ਆਇਆ ਪਟਿਆਲੇ ਨਵਾਂ ਸੈਪ ਦਾ ਸੋਫਟਵੇਅਰ, ਉਹਦੇ ਵਿੱਚੋਂ ਜਿਵੇਂ ਡਾਟਾ ਉੱਥੋਂ ਭੇਜਦੇ ਸਾਨੂੰ, ਠੀਕ ਹੈ, ਅਸੀਂ ਉਹਨੂੰ ਐਂਟਰ ਕਰਦੇ ਨੇ ਜਿਹੜਾ ਕੋਡ ਉਹ ਕੋਡ ਪਾ ਦਿੰਦੇ ਹਾਂ ਜਿਹੜੀ ਪ੍ਰੋਬਲਮ ਹੈ, ਉਹਦੇ ਸਾਨੂੰ ਜਿਹੜਾ ਐਵਰੇਜ ਦਾ ਬਿੱਲ ਬਣਿਆ ਉਹ ਗਲਤ ਬਣ ਰਹੇ ਨੇ, ਠੀਕ ਹੈ। ਹੁਣ 200 ਯੂਨਿਟ ਕਿਹਦੇ ਮੱਚਦੇ, ਉਹਦਾ 75 ਲੱਖ ਦਾ ਬਿੱਲ ਆਣੀ ਸਕਦਾ ਆਪਾਂ ਵੀ ਜਾਣਦੇ, ਠੀਕ ਹੈ। ਉਹ ਅਸੀਂ ਉਹਦੇ ਗੱਲ ਕਰ ਰਹੇ ਹਾਂ ਪਟਿਆਲੇ, ਉਹਦੇ ਸਿਰਫ ਸੋਫਟਵੇਅਰ ਸੁਧਾਰ ਕਰਨਗੇ ਜਾਂ ਸਾਨੂੰ ਉਹਦਾ ਹਿੱਸਾ ਦੱਸਣਗੇ। ਤੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੜੀ ਦੇ ਤਹਿਤ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਰਾਮਪੁਰਾ ਫੂਲ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ ਇੱਕ ਪਿੰਡ ਦੀ ਗ੍ਰਾਮ ਪੰਚਾਇਤ ਨੂੰ 5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਮਲੂਕਾ ਵੱਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਇਸ ਮੌਕੇ ਤੇ ਪਿੰਡ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣਦਿਆਂ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਮਲੂਕਾ ਨੇ ਕਿਹਾ ਕਿ ਵਿਆਹ ਸ਼ਾਦੀਆਂ ਵਿੱਚ ਆਮ ਜਨਤਾ ਤੇ ਮੈਰਿਜ ਪੈਲਸਾਂ ਦੀ ਪੈਰੀ ਭਾਰੀ ਮਾਰ ਨੂੰ ਵੇਖਦਿਆਂ ਹਰ ਬਲਾਕ ਵਿੱਚ ਇੱਕ ਇੱਕ ਮੈਰਿਜ ਪੈਲੇਸ ਬਣਾਉਣ ਦੀ ਵੀ ਯੋਜਨਾ ਉਲੀਕੀ ਜਾ ਰਹੀ ਹੈ। ਅਗਲੀ ਖਬਰ ਦੇ ਵੱਲ, ਖਰੜ ਦੇ ਨਜ਼ਦੀਕੀ ਪਿੰਡ ਭੁਖੜੀ ਜ਼ਿਲ੍ਹਾ ਮੋਹਾਲੀ ਵਿੱਚ ਇੱਕ ਕਿਸਾਨ ਨੇ ਬਾਜਵਾ ਡਿਵੈਲਪਰਸ ਤੇ ਧੋਖਾਧੜੀ ਕਰਨ ਦੇ ਇਲਜ਼ਾਮ ਲਗਾਏ ਨੇ। ਪੀੜਤ ਕਿਸਾਨ ਅਵਤਾਰ ਸਿੰਘ ਨੇ ਆਪਣੀ ਜ਼ਮੀਨ ਦੀ ਪੱਕੀ ਵਸੀਅਤ ਦੇ ਕਾਗਜ਼ ਵਿਖਾਉਂਦਿਆਂ ਕਿਹਾ ਕਿ ਬਿਲਡਰ ਜਰਨੈਲ ਸਿੰਘ ਨਾਲ ਉਸ ਦੀ 2.5 ਕਿੱਲੇ ਜ਼ਮੀਨ ਨੂੰ ਲੈ ਕੇ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ, ਪਰ ਸਟੇਅ ਮਿਲਣ ਦੇ ਬਾਵਜੂਦ ਬਿਲਡਰ ਝਗੜੇ ਵਾਲੀ ਜ਼ਮੀਨ ਤੇ ਕਬਜ਼ਾ ਕਰਕੇ ਆਪਣੀ ਮਰਜ਼ੀ ਦੇ ਨਾਲ ਡਿਵੈਲਪ ਕਰਾ ਰਿਹਾ। ਪੀੜਤ ਅਵਤਾਰ ਸਿੰਘ ਨੇ ਪ੍ਰਸ਼ਾਸਨ ਤੇ ਵੀ ਮਿਲੀ ਭੁਗਤ ਦਾ ਇਲਜ਼ਾਮ ਲਗਾਉਂਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਧਰ ਦੂਜੇ ਪਾਸੇ ਜ਼ਮੀਨ ਤੇ ਕੰਮ ਕਰਵਾ ਰਹੇ ਇੰਜੀਨੀਅਰ ਕੋਰਟ ਦੇ ਹੁਕਮਾਂ ਤੋਂ ਅਣਜਾਣ ਨਜ਼ਰ ਆਏ। ਉਹਦੇ ਬਾਵਜੂਦ ਜੀ ਕੋਰਟ ਵਿੱਚ ਮੇਰਾ ਕੇਸ ਚੱਲ ਰਿਹਾ,
ਜਰਨੈਲ ਸਿੰਘ ਬਾਲ ਜੀ ਨੇ ਕਿਸੇ ਦੀ ਉੱਪਰ ਉੱਪਰੀ ਮੇਰੀ ਵਜ਼ੀਫ ਦੇ ਉੱਤੇ ਰਜਿਸਟਰੀ ਕਰਾ ਲਿਆ ਜੀ, ਮੇਰੇ ਨਾਲ ਧੱਕਾ ਹੋ ਰਿਹਾ, ਧੋਖਾ ਹੋ ਰਿਹਾ ਜੀ। ਉੱਥੋਂ ਕਿਤੇ ਬਾਵਜੂਦ ਸਟੇ ਹੋਈ ਵੀ ਹੈ ਜੀ, ਸਟੇ ਦੇ ਹੋਣ ਦੇ ਬਾਵਜੂਦ ਵੀ ਨਹੀਂ ਰੁਕ ਰਿਹਾ ਜੀ, ਘਰ ਕੰਮ ਚੱਲ ਰਿਹਾ ਜੀ ਮਾਰੂ ਮਾਰ ਜੀ। ਉਹਦੇ ਬਾਵਜੂਦ ਜੀ ਅਸੀਂ ਹਾਈ ਕੋਰਟ ਤੱਕ ਗਏ ਜੀ, ਉੱਥੇ ਹਾਈ ਕੋਰਟ ਨੇ ਸਾਨੂੰ ਆਰਡਰ ਦਿੱਤੇ ਵੀ ਜੋ ਕਾਨੂੰਨੀ ਕਾਰਵਾਈ ਉਹ ਕਰਕੇ ਦਿਓ। ਇਹ ਸਾਡੇ ਪ੍ਰਸ਼ਾਸਨ ਅਧਿਕਾਰੀ ਜੀ ਸਾਡੀ ਕੋਈ ਸੁਣਾਈ ਨਹੀਂ ਕਰ ਰਹੀ। ਉਹਦੇ ਬਾਵਜੂਦ ਜੀ ਹੁਣ ਅਸੀਂ ਗਰੀਬ ਆਦਮੀ ਜਾਈਏ ਕਿੱਥੇ ਜੀ, ਦੱਸੋ ਸਾਡੀ ਕੋਈ ਸੁਣਾਈ ਨਹੀਂ ਜੀ। ਇਹ ਇਹਨਾਂ ਨੂੰ ਸਾਡੀ ਜੋ ਵੀ ਇਹਨਾਂ ਦੀ ਕਾਨੂੰਨੀ ਕਾਰਵਾਈ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਵੀ ਜਿਹੜੀ ਅੱਗੇ ਤੋਂ ਜੇ ਕਿਸੇ ਦੇ ਨਾਲ ਅਸੀਂ ਜੀ ਨਾ ਧੱਕਾ ਕਰੀ। ਤੁਹਾਨੂੰ ਕਿਹਾ ਵੀ ਦਿੰਦਾ ਜੀ ਕਰਦੇ ਹਾਂ ਜੀ, ਕੌਣ ਦਿੰਦਾ ਜੀ? ਜਰਨੈਲ ਸਿੰਘ ਬਾਜਵਾ ਜੀ, ਅਸੀਂ ਖੇਤ ਮੈਂ ਜਾਂਦੇ ਜੀ, ਬਾਕੀ ਕਦੇ ਕੋਈ ਪਰਵਾਹ ਨਹੀਂ ਕਰਦਾ ਹੈ, ਨਾ ਅਦਾਲਤ ਦੀ, ਨਾ ਕਾਜ਼ੀ ਦੀ, ਨਾ ਸਟੇਅ ਦੀ, ਵੀ ਆਪਣੀ ਮਨ ਮਰਜ਼ੀ ਕਰ ਰਿਹਾ ਜੀ। ਸਾਡੀ ਨਿੰਗਲ ਮੰਗ ਜੀ, ਸਾਨੂੰ ਇਨਸਾਫ਼ ਚਾਹੀਦਾ ਵੀ ਸਾਨੂੰ ਇਨਸਾਫ਼ ਮਿਲ ਜਾਵੇ, ਗਾਂ ਬਾਤ ਤਾਂ ਕਿਸੇ ਹੋਰ ਬੰਦੇ ਕਰ ਵੀ ਧੋਖਾ ਨਾ ਕਰੇ। ਹਾਂ, ਸਟੇਅ ਬਾਰੇ ਤਾਂ ਸਾਨੂੰ ਨਹੀਂ ਪਤਾ, ਕੋਈ ਪਤਾ ਨਹੀਂ ਹੈ ਨਹੀਂ ਸਟੇਅ ਬਾਰੇ। ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਪੰਜਾਬੀ, ਖਾਸ ਕਰ ਸਿੱਖ ਕੌਮ ਦੁਨੀਆਂ ਦੇ ਹਰ ਮੁਲਕ ਵਿੱਚ ਰਹਿੰਦੀ ਹੈ। ਹਾਲਾਂਕਿ ਪੰਜਾਬੀਆਂ ਦੀ ਵਸੋਂ ਨੂੰ ਲੈ ਕੇ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਏ ਕਿ ਪੰਜਾਬੀ ਭਾਸ਼ਾ ਬੋਲਦੇ ਲੋਕਾਂ ਦੀ ਗਿਣਤੀ ਕਿੰਨੀ ਹੈ, ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਲਦ ਹੀ ਲਾਹੌਰ ਯੂਨੀਵਰਸਿਟੀ ਅਤੇ ਮੈਨਚੈਸਟਰ ਯੂਨੀਵਰਸਿਟੀ ਯੂਕੇ ਦੇ ਨਾਲ ਮਿਲ ਕੇ ਇਸ ਸਾਰੇ ਪ੍ਰੋਜੈਕਟ ਤੇ ਖੋਜ ਕਰਨ ਜਾ ਰਹੀ ਹੈ। ਮੁੱਢਲੀ ਖੋਜ ਦੇ ਮੁਤਾਬਕ ਸਾਹਮਣੇ ਆਇਆ ਕਿ ਪੰਜਾਬੀ ਬੋਲਣ ਵਾਲੇ ਜ਼ਿਆਦਾਤਰ ਲੋਕ ਮੁਸਲਿਮ ਨੇ ਅਤੇ ਦੂਜੇ ਨੰਬਰ ਤੇ ਹਿੰਦੂ ਧਰਮ ਦੇ ਲੋਕ ਤੇ ਤੀਜੇ ਨੰਬਰ ਤੇ ਸਿੱਖ ਕੌਮ ਆਉਂਦੀ ਹੈ। ਪਰ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤੀ ਰਚਨਾ ਪੰਜਾਬੀ ਵਿੱਚ ਹੋਣ ਦੇ ਕਾਰਨ ਸਿੱਖਾਂ ਨੇ ਪੰਜਾਬੀ ਨੂੰ ਪੂਰੀ ਤਰ੍ਹਾਂ ਦੇ ਨਾਲ ਅਪਣਾ ਲਿਆ। ਘੱਟ ਗਿਣਤੀ ਹੋਣ ਦੇ ਬਾਵਜੂਦ ਪੰਜਾਬੀ ਬੋਲਣ ਵਾਲੇ ਸਿੱਖ ਦੁਨੀਆਂ ਦੇ ਤਕਰੀਬਨ 130 ਦੇਸ਼ਾਂ ਵਿੱਚ ਵਸੇ ਹੋਏ ਨੇ ਤੇ 2 ਮਿਲੀਅਨ ਦੇ ਕਰੀਬ ਇਹਨਾਂ ਦੀ ਆਬਾਦੀ ਮੰਨੀ ਜਾ ਰਹੀ ਹੈ। ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਦਾ ਕਹਿਣਾ ਹੈ ਕਿ ਜਲਦ ਹੀ ਪੰਜਾਬੀ ਭਾਸ਼ਾ ਬੋਲਦੇ ਲੋਕਾਂ ਦਾ ਤਤਕਰਾ ਦੁਨੀਆਂ ਦੇ ਸਾਹਮਣੇ ਲਿਆਂਦਾ ਜਾਵੇਗਾ। ਕਿੰਨੇ ਕਿੰਨੇ ਪੰਜਾਬੀ ਬੈਠੇ ਨੇ, ਪਰ ਉਹ ਚ ਸਭ ਤੋਂ ਜਿਹੜੀ ਵੱਡੀ ਗੱਲ ਇਹ ਹੈ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਕੀ ਨੇ, ਪੰਜਾਬੀ ਭਾਸ਼ਾ ਨੂੰ ਇੰਨੀ ਸਮਰੱਥ ਬਣਾਇਆ ਜਾਵੇ ਕਿ ਉਹਨਾਂ ਆਉਣ ਵਾਲੀਆਂ ਪੀੜ੍ਹੀਆਂ ਦੀ ਜਿਹੜੀ ਭਾਸ਼ਾਗਤ ਲੋੜਾਂ ਨੇ ਉਹਨਾਂ ਨੂੰ ਪੂਰਾ ਕਰ ਸਕੇ, ਇਸ ਚੀਜ਼ ਦੇ ਲਈ ਇਹ ਪ੍ਰੋਜੈਕਟ ਬਣਾਇਆ ਗਿਆ। ਬਾਕੀ ਦੇ ਹੋਰ ਵੀ ਫਾਇਦੇ ਹੋਣਗੇ ਕਿ ਮਾਈਗ੍ਰੇਸ਼ਨ ਹੋ ਰਹੀ ਹੈ, ਬਹੁਤ ਸਾਰੀ ਇਨਫੋਰਮੇਸ਼ਨ ਇਸ ਕਮਿਊਨਿਟੀ ਬਾਰੇ ਹੋਵੇ। ਸੋ 3 ਕਮਿਊਨਿਟੀਜ਼ ਅਸੀਂ ਆਈਡੈਂਟੀਫਾਈ ਕੀਤੀਆਂ ਕਿ ਮੁਸਲਿਮ ਸਭ ਤੋਂ ਜ਼ਿਆਦਾ ਸਪੀਕਰ ਨੇ, ਹਿੰਦੂ ਸੈਕਿੰਡ ਨੇ, ਸਿੱਖ ਤੀਜੇ ਨੰਬਰ 'ਤੇ ਆਉਂਦੇ ਨੇ। ਸੋ ਅਸੀਂ ਇਸ ਪ੍ਰੋਜੈਕਟ 'ਚ ਫੋਕਸ ਇਹ ਰੱਖ ਰਹੇ ਹਾਂ ਕਿ ਸਿੱਖ ਕਮਿਊਨਿਟੀ ਕਿਉਂਕਿ ਜ਼ਿਆਦਾ ਵਿਖਰੀ ਹੋਈ ਔਰ ਛੋਟੀ ਗਿਣਤੀ 'ਚ ਹੈ, ਸੋ ਪਹਿਲਾਂ ਸਭ ਤੋਂ ਇਹਨਾਂ ਦਾ ਕੀਤਾ ਜਾਵੇ। ਔਰ ਇਹ ਸਭ ਤੋਂ ਜ਼ਿਆਦਾ ਵਿਖਰੇ ਹੋਏ ਨੇ, ਲਗਭਗ 130 ਮੁਲਕਾਂ ਦੇ ਵਿੱਚ ਸਿੱਖ ਮਿਲਦੇ ਨੇ ਉਸ ਹਿਸਾਬ ਦੇ ਨਾਲ। ਸੋ ਇਹ ਪ੍ਰੋਜੈਕਟ ਅਜੇ ਇਨੀਸ਼ੀਅਲ ਸਟੇਜ 'ਤੇ ਹੈ, ਇਹਦੇ ਵਿੱਚ ਮੈਨਚੈਸਟਰ ਯੂਨੀਵਰਸਿਟੀ, ਲਾਹੌਰ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ, ਜਦ ਇਹ ਪ੍ਰੋਜੈਕਟ ਮਚਿਓਰ ਹੋ ਜਾਂਦਾ ਤਾਂ ਇਹਦਾ ਸੈਂਟਰ ਬਣਨਗੇ ਮੇਨਲੀ। ਅਜੇ ਫੰਡਿੰਗ ਨਹੀਂ ਹੋਈ, ਮੁੱਢਲੀ ਸਟੇਜ 'ਤੇ ਹੈ, ਪਰ ਕਿਉਂਕਿ ਵੱਡਾ ਸੁਪਨਾ ਲਿਆ ਜਾ ਰਿਹਾ, ਇਸ ਕਰਕੇ ਆਉਣ ਵਾਲੇ ਸਮੇਂ 'ਚ ਆਸ ਹੈ ਕਿ ਅਲੱਦਾ ਅਲੱਦਾ ਥਾਵਾਂ ਤੋਂ ਪੰਜਾਬੀ ਸਪੀਕਰ ਕਮਿਊਨਿਟੀ ਹੈ ਜਿਹੜੀ ਉਹ ਮਦਦ ਵੀ ਕਰੂਗੀ ਔਰ ਸਿਰੇ ਵੀ ਚੜੂਗਾ ਜ਼ਰੂਰ। ਉਧਰ ਪਟਿਆਲਾ ਵਿਖੇ ਹਿੰਦੂ ਧਰਮ ਦੇ ਇਤਿਹਾਸਕ 52 ਅਵਤਾਰ ਮੰਦਿਰ ਦੇ ਪਵਿੱਤਰ ਸਰੋਵਰ ਦੇ ਨਵ ਨਿਰਮਾਣ ਨੂੰ ਲੈ ਕੇ ਬੰਦੇ ਮਾਤਰਮ ਦਲ ਆਪਣੇ ਪੱਧਰ ਤੇ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ। ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਨਾ ਮਿਲਣ ਦੇ ਰੋਸ ਦੇ ਵਜੋਂ ਅੱਜ ਬੰਦੇ ਮਾਤਰਮ ਦਲ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰੇ ਖਾਸ ਹੈ ਕਿ ਪ੍ਰਾਚੀਨ ਮੰਦਿਰ ਦੇ ਪਵਿੱਤਰ ਸਰੋਵਰ ਦੀ ਬੰਦੇ ਮਾਤਰਮ ਦਲ ਵੱਲੋਂ ਪੂਰੀ ਸਫਾਈ ਤਕਰੀਬਨ ਖਤਮ ਕਰ ਦਿੱਤੀ ਗਈ ਹੈ, ਪਰ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਸ ਦੇ ਨਵ ਨਿਰਮਾਣ ਦੇ ਲਈ ਸ਼ਿਰਕਤ ਕਰਨ ਲਈ ਨਹੀਂ ਪਹੁੰਚਿਆ। ਧਰਨਾ ਪ੍ਰਸ਼ਾਸਨ ਦੇ ਖਿਲਾਫ਼ ਹੈ, ਸੁੱਤੇ ਹੋਏ ਪ੍ਰਸ਼ਾਸਨ ਨੂੰ ਜਗਾਉਣ ਲਈ ਅੱਜ ਦਾ ਸਾਡਾ ਧਰਨਾ ਇੱਥੇ ਸਟਾਰਟ ਹੋਇਆ। ਅਗਰ ਸਾਡੀ ਸੁਣਵਾਈ ਨਾ ਹੋਈ ਸਾਡਾ ਸੰਘਰਸ਼ ਹੋਰ ਤੇਜ਼ ਹੋਊਗਾ। ਇਸ ਤੋਂ ਬਾਅਦ ਅਸੀਂ ਪਟਿਆਲੇ ਜਿੰਨੇ ਵੀ ਮੇਨ ਬਾਜ਼ਾਰ ਹੈ ਅਸੀਂ ਹਰ ਥਾਂ ਧਰਨੇ ਦੇਵਾਂਗੇ ਜਦ ਤੱਕ ਇਸ ਪਵਿੱਤਰ ਸਰੋਵਰ ਨੂੰ ਬਚਾਉਣ ਲਈ ਪ੍ਰਸ਼ਾਸਨ ਨਹੀਂ ਜਾਗਦਾ। ਅਸੀਂ ਹੁਣ ਤੱਕ ਡਿਪਟੀ ਕਮਿਸ਼ਨਰ ਪਟਿਆਲਾ, ਏਡੀਸੀ ਡੀ ਪਟਿਆਲਾ, ਐਸਡੀਐਮ ਸਾਹਿਬ ਨੂੰ ਕਈ ਵਾਰ ਮੈਮੋਰੈਂਡਮ ਦੇ ਚੁੱਕੇ ਹਾਂ, ਪਰ ਵਾਰ ਵਾਰ ਅਸੀਂ ਕਹਿੰਦੇ ਅਸੀਂ ਵਿਜ਼ਿਟ ਕਰਨ ਆਵਾਂਗੇ ਅਤੇ ਇਹਦਾ ਪਲਾਨ ਪ੍ਰੋਜੈਕਟ ਤਿਆਰ ਕਰਾਂਗੇ, ਸਰੋਵਰ ਦਾ ਨਵ ਨਿਰਮਾਣ ਕਰਾਂਗੇ। ਤੁਸੀਂ ਦੇਖ ਸਕਦੇ ਹੋ ਸਰੋਵਰ 'ਚ ਅੱਜ ਵੀ ਸੀਵਰੇਜ ਦਾ ਗੰਦਾ ਪਾਣੀ ਦਿਸ ਰਿਹਾ। ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਨਗਰ ਨਿਗਮ ਦਾ ਅਧਿਕਾਰੀ ਆਉਂਦੇ ਨੇ ਸਿਰਫ ਖਾਣਾ ਪੂਰਤੀ ਕਰਦੇ ਨੇ। ਜੀ ਤਾਂ ਸਰ ਹੁਣ ਤੱਕ ਦੇ ਖਬਰਾਂ ਤੇ ਬੁਲੇਟਿਨ ਦੇ ਅਖੀਰ ਵਿੱਚ ਤੁਸੀਂ ਵੇਖੋਗੇ